ਏਵਨ ਪੰਜਾਬੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ। ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਜੀ ਰਾਜਪੁਰਾ ਜੀਰਕਪੁਰ ਰੋਡ ਤੋਂ, ਜਿੱਥੇ ਨਾਕਾਬੰਦੀ ਕਰਕੇ ਫੜੀ ਗਈ ਹੈ ਸ਼ਰਾਬ ਦੀ ਵੱਡੀ ਖੇਪ। ਕੀ ਹੈ ਸਾਰੀ ਖਬਰ, ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੈ ਜੀ ਗੁਰਮਿੰਦਰ ਸਿੰਘ ਡੇਰਾ ਬਸਤ, ਉਹਨਾਂ ਤੋਂ ਲੈਂਦੇ ਹਾਂ ਪੂਰੀ ਜਾਣਕਾਰੀ। ਹਾਂਜੀ ਗੁਰਮਿੰਦਰ ਜੀ, ਕੀ ਹੈ ਸਾਰੀ ਜਾਣਕਾਰੀ? ਜਿਸ ਤਰ੍ਹਾਂ ਇਲੈਕਸ਼ਨ ਦਾ ਮਾਹੌਲ ਬਣਿਆ ਹੋਇਆ ਹੈ, 31 ਮਾਰਚ ਆ ਰਹੀ ਹੈ, ਜਿਹੜੇ ਠੇਕੇਦਾਰ ਹਨ ਸ਼ਰਾਬ ਦੇ, ਉਹ ਵੀ ਆਪਣਾ ਜਿਹੜੀਆਂ ਸ਼ਰਾਬ ਦਾ ਹੈ ਕਲੋਜ਼ ਕਰਨਾ ਚਾਹੁੰਦੇ ਹਨ। ਸਟਾਫ ਜਿਹਦੇ ਚੱਲਦੇ ਹੋਏ ਅੱਜ ਸੀਆਈ ਸਟਾਫ ਨੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਉਹਨਾਂ ਨੇ ਜ਼ੀਰਕਪੁਰ ਰਾਜਪੁਰਾ ਰੋਡ ਦੇ ਉੱਪਰ ਬਨੂੜ ਲਾਈਟਾਂ ਦੇ ਕੋਲੋਂ 200 ਦੇ ਕਰੀਬ ਪੇਟੀਆਂ ਜੋ ਸ਼ਰਾਬ ਦੀਆਂ ਇੱਕ ਕੈਂਟਰ ਵਿੱਚ ਜਾ ਰਹੀਆਂ ਸੀ ਬਰਾਮਦ ਕੀਤੀ ਹੈ। ਸੀਆਈ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਉੱਥੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਟੈਂਕਰ ਉੱਥੋਂ ਗੁਜ਼ਰਿਆ ਤੇ ਉਹਨਾਂ ਨੇ ਨਾਕਾਬੰਦੀ ਦੌਰਾਨ 200 ਪੇਟੀਆਂ ਸ਼ਰਾਬ ਬਰਾਮਦ ਕਰਕੇ ਕੈਂਟਰ ਦੇ ਜੋ ਡਰਾਈਵਰ ਹੈ ਉਹਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੀ। ਜੀ ਕੁਝ ਪਤਾ ਲੱਗ ਸਕਿਆ, ਜਾਣਕਾਰੀ ਮਿਲ ਸਕੀ ਵੀ ਸ਼ਰਾਬ ਕਿੱਥੇ ਜਾ ਰਹੀ ਸੀਗੀ? ਦੇਖੋ ਸ਼ਰਾਬ ਹਰਿਆਣਾ ਤੋਂ ਲਿਆ ਕੇ ਅਲੱਗ ਅਲੱਗ ਜੋ ਬ੍ਰਾਂਡ ਸੀ ਉਹ ਤੋਂ ਲੁਧਿਆਣੇ ਸਾਈਡ ਜਾ ਰਹੀ ਸੀ, ਕਿਉਂਕਿ ਜਿਸ ਤਰ੍ਹਾਂ ਦੇ ਹੁਣ ਇਲੈਕਸ਼ਨਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਜੀ, ਸ਼ਰਾਬ ਬਾਹਰੋਂ ਲਿਆ ਕੇ ਵੇਚੀ ਜਾਏਗੀ ਕਿਉਂਕਿ ਸਸਤੀ ਸ਼ਰਾਬ ਹੈ ਜੀ। ਜੋ ਚੰਡੀਗੜ੍ਹ ਜਾਂ ਹਰਿਆਣਾ ਤੋਂ ਲਿਆ ਕੇ ਵੇਚੀ ਜਾਂਦੀ ਹੈਗੀ ਹੈ, ਪੰਜਾਬ ਦੇ ਵਿੱਚ ਜੋ ਸ਼ਰਾਬ ਹੈ ਉਹ ਵੈਸੇ ਵੀ ਮਹਿੰਗੀ ਪੈਂਦੀ ਹੈਗੀ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ 31 ਮਾਰਚ ਆ ਰਹੀ ਹੈ, ਕਲੋਜ਼ਿੰਗ ਦਾ ਟਾਈਮ ਹੈ, ਵੱਡੇ ਵੱਡੇ ਠੇਕੇਦਾਰਾਂ ਵੱਲੋਂ ਆਪਣੀ ਸ਼ਰਾਬ ਦਾ ਹਿਸਾਬ ਬਰਾਬਰ ਕਰਨ ਲਈ ਸ਼ਰਾਬਾਂ ਨੂੰ ਅਲੱਗ ਅਲੱਗ ਆਪਣੇ ਸਟੇਟ ਵਿੱਚ ਭੇਜਿਆ ਜਾਂਦਾ ਹੈ ਜੀ। ਜੀ ਗੁਰਮਿੰਦਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਜਾਣਕਾਰੀ ਦੇਣ ਲਈ। ਸੋ ਇਸ ਮਾਮਲੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ, ਤੁਸੀਂ ਵੀ ਸੁਣੋ ਤੇ ਦੇਖੋ। ਅੱਜ ਸਵੇਰ ਕਰੀਬ 3:30 ਵਜੇ ਕਿਹਾ ਸਾਡੀ ਨਾਕਾਬੰਦੀ ਕੀਤੀ ਹੋਈ ਸੀਗੀ 7 ਬੀਟ ਦੀਆਂ ਲਾਈਟਾਂ ਕੋਲ ਜੀ ਨੇੜੇ ਜੀਰਕਪੁਰ, ਇੱਥੇ ਮੁਕਰੀ ਹੋਈ ਵੀ ਬਲਦੇਵ ਰਾਜ ਹੈ, ਜਿਹੜਾ ਕੈਂਟਰ ਨੰਬਰ PV 65F 72 86, ਜਿਹਦੇ ਹਰਿਆਣਾ ਦੀਆਂ ਮਾਰਕਾ ਕੰਪਨੀ ਦੀਆਂ ਵੱਖ ਵੱਖ ਸ਼ਰਾਬ ਦੀਆਂ ਪੇਟੀਆਂ 200 ਪੇਟੀ ਲੱਦ ਕੇ ਠੀਕ ਆ ਇੱਧਰ ਆ ਰਿਹਾ। ਜਿਸ ਸੰਬੰਧੀ ਅਸੀਂ ਨਾਕੇਬੰਦੀ ਦੌਰਾਨ ਕਰਕੇ ਇਹਨੂੰ ਰਾਊਂਡ ਅਪ ਕੀਤਾ, ਜਿਹਦੇ ਵਿੱਚੋਂ 200 ਪੇਟੀਆਂ ਵੱਖ ਵੱਖ ਮਾਰਕਾ ਕੰਪਨੀ ਦੀਆਂ ਰਿਕਵਰ ਹੋਈਆਂ ਨੇ, ਜਿਹਦੇ ਵਿੱਚ ਇੰਪੀਰੀਆ ਬਲਿਊ, ਆਲ ਸੀਜ਼ਨ, ਰੋਇਸਟੈਕ ਅਤੇ ਮੈਕ ਡਬਲ, ਠੀਕ ਹੈ, ਮਾਰਕਾ ਮੋਟਾ ਸੰਤਰਾ, ਸਾਰੀਆਂ ਫਾਰੇਲਸ ਹਰਿਆਣਾ ਨੇਗੀਆਂ। ਇਹ 200 ਪੇਟੀਆਂ ਰਿਕਵਰ ਹੋਈਆਂ ਨੇ ਜੋ ਲੁਧਿਆਣੇ ਵਿੱਚ ਜਾਣੀ ਸੀ। ਬਾਕੀ ਤਫਤੀਸ਼ ਹਜੇ ਸਾਡੀ ਚੱਲ ਰਹੀ ਆ, ਜੋ ਵੀ ਹੋਊ ਅੱਗੇ ਫਰਦਰ ਕਾਰਵਾਈ ਕਰੇ। ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਰਾਬ ਦੀ ਐਡੀ ਵੱਡੀ ਖੇਪ ਫੜੀ ਹੈ, 200 ਪੇਟੀਆਂ ਕਾਬੂ ਕੀਤੀਆਂ ਗਈਆਂ ਨੇ। ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਇਹ ਜਿਹੜੀ ਸ਼ਰਾਬ ਹੈ ਉਹ ਆਉਣ ਵਾਲੀ ਲੋਕ ਸਭਾ 'ਚ ਵਰਤੀ ਜਾਂ ਵੋਟਾਂ 'ਚ ਵਰਤੀ ਜਾਣੀ ਸੀ, ਜਾਂ ਫਿਰ 31 ਮਾਰਚ ਨੂੰ ਦੇਖਦੇ ਹੋਏ ਕਲੋਜ਼ਿੰਗ ਕਰਕੇ ਇਹ ਸ਼ਰਾਬ ਵੇਚੀ ਜਾਣੀ ਸੀ। ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ, ਅਤੇ ਅਸੀਂ ਤੁਹਾਨੂੰ ਇਸ ਦੀ ਪੂਰੀ ਖਬਰ ਜਿਵੇਂ ਸਾਨੂੰ ਮਿਲਦੀ ਰਹੇਗੀ ਪੂਰੀ ਜਾਣਕਾਰੀ ਦੇਵਾਂਗੇ। ਫਿਲਹਾਲ ਲਈ ਸ਼ੁਕਰੀਆ, ਅਤੇ ਮੈਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀ ਵੀ। ਧੰਨਵਾਦ। For new updates, please subscribe A1 News and click the bell icon.